ਸਿੱਧੂ ਮੁਸੇਵਾਲਾ ਜਾਂਚ ਜੇਕਰ ਇਹ ਕਹਿ ਲਿਆ ਜਾਵੇ ਕਿ ਵਿਵਾਦ ਦਾ ਦੂਜਾ ਨਾਮ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਦਰਸਲ ਸ਼ੁਭਦੀਪ ਸਿੰਘ ਸਿੱਧੂ ਜਾਂ ਸਿੱਧੂ ਮੁਸੇਵਾਲਾ ਆਏ ਦਿਨ ਕਿਸ ਨਾਲ ਕੇਸ ਵਿਵਾਚ ਕਰਦਾ ਰੰਦ ਬੀਤੇ ਦਿਨੇ ਸ਼ੁਰੂ ਹੋਏ ਵਿਵਾਦ ਚ ਪਾਵੇਂ ਸਿੱਧੂ ਨੂੰ ਜ਼ਮਾਨਤ ਤਾਂ ਮਿਲ ਗਈ ਪਰ ਲੋਕਾਂ ਚ ਅਜੇ ਤੱਕ ਖੁੰਡ ਚਰਚਾ ਜਾਰੀ ਹੈ ਕੁਝ ਸਮਾਂ ਪਹਿਲਾਂ ਬਰਨਾਲਾ ਦੇ ਇੱਕ ਪਿੰਡ ਤੋਂ ਸਿੱਧੂ ਮੁਸੇਵਾਲੇ ਦੀ ਇੱਕ ਅਜੀਹੀ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਫਾਇਰਿੰਗ ਕਰਦੇ ਦਿਖਾਈ ਦੇ ਰਹੇ ਸਨ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਉਹਨਾਂ ਨੂੰ ਟ੍ਰੇਨਿੰਗ ਕਰਵਾ ਰਹੇ ਸਨ ਇਹ ਮਾਮਲਾ ਪਾਕਦਾ ਪਾਕਦਾ ਅਦਾਲਤ ਤੱਕ ਵੀ ਪਹੁੰਚ ਗਿਆ ਮੀਡੀਆ ਚ ਵੀ ਇਸ ਦੀਆਂ ਕਾਫੀ ਸੁਰਖੀਆਂ ਬਣੀਆਂ ਤਾਂ ਮੀਡੀਆ ਬਾਰੇ ਸਿੱਧੂ ਮੂਸੇਵਾਲੇ ਨੇ ਜੋ ਜ਼ਹਿਰ ਉਗਲੀ ਉਹ ਸਾਰੇ ਹੀ ਜਗ ਜाहिर ਹੈ ਦਰਸਲ ਵਾਇਰਲ ਵੀਡੀਓ ਚ ਜੋ ਸਿੱਧੂ ਮੂਸੇਵਾਲੇ ਕੋਲ ਰਾਈਵਲ ਸੀ ਉਸ ਨੂੰ ਖਿਡੌਣਾ ਦੱਸਿਆ ਜਾ ਰਿਹਾ ਹੈ ਖੈਰ ਇਹ ਮਾਮਲਾ ਤਾਂ ਭਾਵੇਂ ਪੁਰਾਣਾ ਹੋ ਗਿਆ ਪਰ ਹੁਣ ਇਸ ਮਸਲੇ ਤੇ ਸਿਆਸਤ ਗਰਮਾ ਗਈ ਹੈ ਇਸ ਨੂੰ ਲੈ ਕੇ ਸਿਆਸਤਦਾਨ ਸੁਖਪਾਲ ਸਿੰਘ ਖੈਰਾ ਨੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਦਰਸਲ ਖੈਰਾ ਯੂਆਪਾ ਕਾਨੂੰਨ ਬਾਰੇ ਗੱਲ ਬਾਤ ਕਰ ਰਹੇ ਸਨ ਤਾਂ ਉਹਨਾਂ ਕਹਿੰਦੇ ਕਿ ਪੰਜਾਬ ਪੁਲਿਸ ਦਾ ਨਾ ਸਿਰਫ ਇਸ ਕਾਨੂੰਨ ਦੀ ਗਲਤ ਵਰਤੋਂ ਕਰ ਰਹੀ ਹੈ ਬਲਕਿ ਦੋਹਰਾ ਮਾਪਦੰਡ ਵੀ ਅਪਣਾ ਰਹੀ ਹੈ ਪੰਜਾਬ ਪੁਲਿਸ ਪੰਜਾਬ ਸਰਕਾਰ ਦੇ ਦੋਹਰੇ ਮਾਪਦੰਡ ਨੇ ਤੁਸੀਂ ਸਾਰੇ ਜਾਣਦੇ ਹੋ ਕਿ ਪਿਛਲੇ ਕਾਫੀ ਅਰਸੇ ਤੋਂ ਕਾਫੀ ਦਿਨਾਂ ਤੋਂ ਯੂਆਪਾ ਜਿਹੜਾ ਕਾਨੂੰਨ ਬਣਾਇਆ ਭਾਰਤ ਦੀ ਸਰਕਾਰ ਨੇ ਉਹਦਾ ਪੰਜਾਬ ਦੇ ਵਿੱਚ ਕਾਫੀ ਦੁਰਉਪਯੋਗ ਹੋ ਰਿਹਾ ਹੈ ਔਰ ਅਸੀਂ ਪਿੰਡੋਂ ਪਿੰਡ ਜਾ ਕੇ ਬੇਗੁਨਾ ਲੋਕਾਂ ਦੇ ਅ ਹੱਕ ਵਿੱਚ ਆਵਾਜ਼ ਉਠਾਈ ਆ ਤੇ ਉਹਨਾਂ ਦੀ ਬੇਗੁਨਾਈ ਦੇ ਸਬੂਤ ਤੁਹਾਡੇ ਸਾਹਮਣੇ ਤੱਥਾਂ ਦੇ ਆਧਾਰ ਤੇ ਰੱਖੇ ਨੇ ਉਸ ਨੂੰ ਕਾਫੀ ਮੀਡੀਆ ਨੇ ਵੀ ਸਪੋਰਟ ਕੀਤਾ ਤੁਹਾਡੀ ਜਾਣਕਾਰੀ ਵਾਸਤੇ ਸਿਰਫ ਇੰਨਾ ਹੀ ਦੱਸਣਾ ਕਾਫੀ ਆ ਕਿ ਇਹ ਯੁਵਾਪਾ ਲੋ ਬਹੁਤ ਇੱਕ ਕਾਲਾ ਕਾਨੂੰਨ ਬਣਾਇਆ ਗਿਆ ਦੇਸ਼ ਦੀ ਪਾਰਲੀਮੈਂਟ ਵੱਲੋਂ 2019 ਚ ਜਿਹਦੇ ਚ ਕਿਸੇ ਵੀ ਇੱਕ ਵਿਅਕਤੀ ਨੂੰ ਪਹਿਲਾਂ ਹੁੰਦਾ ਸੀ ਆਰਗੇਨਾਈਜੇਸ਼ਨ ਨੂੰ ਟੈਰਰਿਸਟ ਨਾਮਜ਼ਦ ਕਰ ਸਕਦੀ ਸੀ ਸਰਕਾਰ ਲੇਕਿਨ 2019 ਦੀ ਅਮੈਂਡਮੈਂਟ ਤੋਂ ਬਾਅਦ ਯੂਆਪਾ ਚ ਪੁਲਿਸ ਕਿਸੇ ਵੀ ਵਿਅਕਤੀ ਨੂੰ ਇੰਡੀਵਿਜੂਅਲ ਨੂੰ ਟੈਰਰਿਸਟ ਨਾਮਜ਼ਦ ਕਰ ਸਕਦੀ ਹੈ ਔਰ ਜਦੋਂ ਕਿਸੇ ਨੂੰ ਟੈਰਰਿਸਟ ਹੀ ਆਪਾਂ ਨਾਮਜ਼ਦ ਕਰਤਾ ਉਹਦੇ ਸਾਰੇ ਹਕੂਕ ਗਏ ਜਮਾਨਤਾ ਵਗੈਰਾ ਉਹਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਸਕਦੀ ਹੈ ਕਾਫੀ ਜਾਣਕਾਰੀ ਹੁਣ ਵਰਲਡ ਵਾਈਡ ਇਸ ਇਸ਼ੂ ਦੇ ਉੱਤੇ ਆ ਚੁੱਕੀ ਹੈ ਲੇਕਿਨ ਅੱਜ ਜਿਹੜਾ ਮੈਂ ਦੋਰੇ ਮਾਪਦੰਡਾਂ ਦੀ ਗੱਲ ਕਰਨੀ ਪੁਲਿਸ ਦੀ ਉਹਦੇ ਤੇ ਤੁਹਾਡਾ ਧਿਆਨ ਖਿੱਚਣਾ ਚਾਹੁੰਨਾ ਪੰਜਾਬ ਦੇ ਵਿੱਚ ਕੈਪਟਨ ਰਮਨਿੰਦਰ ਸਿੰਘ ਦੇ ਪਿਛਲੇ 3 ਸਾਲ ਚ 47 ਮੁਕਦਮੇ ਯੁਵਾਪਾ ਦੇ ਤਹਿਤ ਦਰਜ ਕੀਤੇ ਗਏ ਨੇ 16 ਮੁਕਦਮੇ ਪਿਛਲੇ 1 ਮਹੀਨੇ ਦੇ ਅੰਦਰ ਅੰਦਰ ਦਰਜ ਕੀਤੇ ਗਏ 2020 ਰੈਫਰੈਂਡਮ ਦੀ ਆਰਡ ਵਿੱਚ ਔਰ ਬਹੁਤ ਬੇਕਸੂਰ ਬਹੁਤ ਬੇਗੁਨਾ ਲੋਕਾਂ ਨੂੰ ਚੱਕਿਆ ਗਿਆ ਪੁਲਿਸ ਵੱਲੋਂ ਬਹੁਤ ਗਰੀਬ ਨੇ ਦਲਿਤ ਪਰਿਵਾਰਾਂ ਨੂੰ ਬਿਲੋਂਗ ਕਰਦੇ ਨੇ ਡੇਲੀ ਵੇਜਸ ਨੇ ਦਿਹਾੜੀਦਾਰ ਨੇ ਉਹ ਆਪਣੇ ਆਪ ਨੂੰ ਡਿਫੈਂਡ ਵੀ ਨਹੀਂ ਕਰ ਸਕਦੇ ਉਹਨਾਂ ਦੇ ਕੋਲ ਕੋਈ ਸਾਧਨ ਨਹੀਂ ਗਏ ਉਹ ਵਕੀਲ ਤੱਕ ਵੀ ਨਹੀਂ ਖੜਾ ਕਰ ਸਕਦੇ ਪਰ ਪੰਜਾਬ ਦੇ ਵਿੱਚ ਇੱਕ ਸਾਡੇ ਗਾਇਕ ਨੇ ਸਿੱਧੂ ਮੂਸੇਵਾਲਾ ਮੈਂ ਉਹਦੇ ਕੋਈ ਖਿਲਾਫ ਨਹੀਂਗਾ ਜ਼ਾਤੀ ਤੌਰ ਤੇ ਪਰ ਉਹਦਾ ਪਿਛਲੇ ਕੁਝ ਸਮੇਂ ਤੋਂ ਉਹਦੀ ਜਿਹੜੀ ਐਕਟੀਵਿਟੀਜ਼ ਸੀਗੀਆਂ ਉਹ ਸਿੱਧਾ-ਸਿੱਧਾ ਪੁਲਿਸ ਦੇ ਦੋਰੇ ਮਾਪ ਡੰਡਾ ਤੇ ਸਵਾਲ ਖੜਾ ਕਰਦੇ ਤੁਹਾਨੂੰ ਸਭ ਨੂੰ ਪਹਿਲਾਂ ਦਾ ਪਤਾ ਜਦੋਂ ਕੋਰੋਨਾ ਵਾਇਰਸ ਆਈ ਉਸਨੇ ਇੱਕ ਗੀਤ ਗਾਇਆ ਸੀਗਾ ਪ੍ਰੋਬੇਬਲੀ ਐਨਆਰਆਈਜ਼ ਨੂੰ ਟਾਰਗੇਟ ਕਰਕੇ ਔਰ ਉਹ ਗੀਤ ਦਿਨਕਰ ਗੁਪਤਾ ਜਿਹੜੇ ਡੀਜੀਪੀ ਪੰਜਾਬ ਦੇ ਨੇ ਪੁਲਿਸ ਦੇ ਉਹਨਾਂ ਨੇ ਆਪਣੇ ਟਵਿੱਟਰ ਤੇ ਸ਼ੇਅਰ ਕੀਤਾ ਸੀਗਾ ਇਹ ਮੈਟਰ ਆਫ ਰਿਕਾਰਡ ਆ ਫਿਰ ਜਦੋਂ ਥੋੜਾ ਰੌਲਾ ਪਿਆ ਹਹਾਕਾਰ ਮੱਚੀ ਕੰਟਰੋਵਰਸ਼ਲ ਹੋਇਆ ਤਾਂ ਡੀਜੀਪੀ ਦਿਨਕਰ ਗੁਪਤਾ ਨੇ ਆਪਣੇ ਟਵਿੱਟਰ ਤੋਂ ਉਸ ਗੀਤ ਨੂੰ ਡਿਲੀਟ ਕਰ ਦਿੱਤਾ ਇਹ ਵੀ ਪਤਾ ਲੱਗਿਆ ਕਿ ਦਿਨਕਰ ਗੁਪਤਾ ਦੇ ਜਿਹੜੇ ਸੁਪੁੱਤਰ ਨੇ ਬੇਟਾ ਉਹਨਾਂ ਦਾ ਉਹ ਸਿੱਧੂ ਮੂਸੇਵਾਲਾ ਦਾ ਫੈਨ ਹੈ ਔਰ ਬਹੁਤ ਹਜ਼ਾਰਾਂ ਲੱਖਾਂ ਦੀ ਤਾਦਾਦ ਵਿੱਚ ਨੌਜਵਾਨ ਉਹਨਾਂ ਦੇ ਫੈਨ ਹੈਗੇ ਕੋਈ ਹਰਜ ਨਹੀਂਗਾ ਗੀਤ ਗੋਣਾ whatever ਆਪਣੇ ਸੱਭਿਆਚਾਰ ਦਾ ਹਿੱਸਾ ਵਾ ਪਰ ਸਿੱਧੂ ਮੂਸੇਵਾਲਾ ਤੇ ਪਿੱਛੇ ਜੇ ਇੱਕ ਇਲਜ਼ਾਮ ਲੱਗਿਆ ਕਿ ਉਸਨੇ ਪੁਲਿਸ ਦੀ ਹਾਜ਼ਰੀ 'ਚ AK47 ਦੀਆਂ ਗੋਲੀਆਂ ਚਲਾਈਆਂ ਜਦੋਂ ਲੋਕਡਾਊਨ ਸੀਗਾ ਸਾਰੇ ਪੰਜਾਬ 'ਚ ਲੋਕਡਾਊਨ ਸੀਗਾ ਲੇਕਿਨ ਸਿੱਧੂ ਮੂਸੇਵਾਲੇ ਨੂੰ ਨੇ ਪੁਲਿਸ ਦੀ ਹਾਜ਼ਰੀ 'ਚ ਪਿਸਟਲ ਵੀ ਚਲਾਇਆ ਤੇ AK47 ਦੇ ਰਾਉਂਡਸ ਫਾਇਰ ਕੀਤੇ ਉਹ ਫਿਰ ਸ਼ੋਰ ਤਾਂ ਮਚਣਾ ਸੀ ਕਿਉਂਕਿ ਸੈਲੀਬ੍ਰਿਟੀ ਹੈ ਤੇ ਸ਼ੋਰ ਮਚਿਆ ਤਾਂ ਸਿੱਧੂ ਮੂਸੇਵਾਲਾ ਤੇ ਆਮਜ਼ੈਕ ਦਾ ਪਰਚਾ ਦਰਜ ਕਰ ਦਿੱਤਾ 255491 ਇੱਕ ਇਖੱਠੇ गावा ਉਸ ਨੂੰ ਆਮਜ਼ੈਕ ਕਹਿੰਦੇ ਨੇ ਉਹ ਬੇਲਬਲ ਜਾਂ ਆਫੈਂਸ ਹੈਗਾ ਉਹਦੇ ਚ ਉਹਦੇ ਕੇਸ ਰਜਿਸਟਰ ਕਰਤਾ ਖੈਰਾ ਨੇ ਕਿਹਾ ਕਿ ਜਿਸ ਸਮੇਂ ਨਾਬਾਚ ਸਿੱਧੂ ਮੂਸੇਵਾਲੇ ਦਾ ਚਲਾਨ ਕੱਟਿਆ ਗਿਆ ਤਾਂ ਗੈਰ ਜ਼ਮਾਨਤੀ ਵਾਰੰਟ ਹੋਣ ਦੇ ਬਾਵਜੂਦ ਉਸ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਤੋਂ ਸਿੱਧ ਹੁੰਦਾ ਹੈ ਕਿ ਪੰਜਾਬ ਪੁਲਿਸ ਸਿੱਧੂ ਪ੍ਰਤੀ ਨਰਮਤੀਲੀ ਆਪਣਾ ਰਹੀ ਹੈ ਇਸ ਮੌਕੇ ਖੈਰਾ ਨੇ ਸਿੱਧੂ ਮੂਸੇਵਾਲੇ ਦੇ ਨਵੇਂ ਗੀਤ ਤੇ ਵੀ ਸਖਤ ਪ੍ਰਤੀਕਿਰਿਆ ਦਿੱਤੀ ਹੈ ਫਿਰ ਮੀਡੀਆ ਉਹਦੇ ਪਿੱਛੇ ਉਹਨੂੰ ਜਦੋਂ ਹਾਉਂਡ ਕਰਨ ਲੱਗ ਗਿਆ ਸ਼ਾਇਦ ਕਿਸੇ ਧੂਰੀ ਸ਼ਹਿਰ ਵਿੱਚ ਉਹਦਾ ਛੋਟਾ ਮੋਟਾ ਚਲਾਨ ਵੀ ਕੱਟਿਆ ਗਿਆ 5-700 ਹਜ਼ਾਰ 2000 ਰੁਪਏ ਦਾ ਗੱਡੀ ਦੀ ਕੋਈ ਆਫੈਂਸ ਦਾ ਤੇ ਆਮ ਜਨਕ ਤੇ ਕੇਸ ਵਿੱਚ ਪੁਲਿਸ ਨੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ 댓 ਮੀਨਸ ਕਿ ਪੁਲਿਸ ਤੇ ਪੰਜਾਬ ਸਰਕਾਰ ਸਿੱਧੂ ਮੂਸੇਵਾਲੇ ਪ੍ਰਤੀ ਨਰਮ ਤੇ ਸੌਫਟ ਹੈ ਸ਼ਾਇਦ ਮੇਰੇ ਖਿਆਲ ਉਹਨਾਂ ਦੇ ਮਾਤਾ ਜੀ ਆਪਣੇ ਪਿੰਡ ਦੇ ਸਰਪੰਚ ਵੀ ਚੁਣੇਗੇ ਔਰ ਆਪਣੇ ਆਪ ਨੂੰ ਹੁਣ ਉਹ ਕਾਂਗਰਸ ਪਾਰਟੀ ਦੇ ਨਾਲ ਕਲੇਮ ਵੀ ਕਰਦੇ ਨੇ ਜਦੋਂ ਇਹ ਸਭ ਕੁਝ ਹੋ ਗਿਆ ਤਾਂ ਸਿੱਧੂ ਮੂਸਾ ਵਾਲੇ ਨੇ ਆਫਕੋਰਸ ਐਂਟੀਸੀਪੇਟਰੀ bail ਅਪਲਾਈ ਕੀਤੀ ਉਹਨਾਂ ਦਾ ਅਧਿਕਾਰ ਹੈ ਕਾਨੂੰਨੀ ਤੌਰ ਤੇ ਉਹਨਾਂ ਦੀ ਜ਼ਮਾਨਤ ਹੋ ਗਈ ਜ਼ਮਾਨਤ ਕਰਾਉਣ ਤੋਂ ਬਾਅਦ ਇੰਨੇ ਕੰਟਰੋਵਰਸੀ ਤੋਂ ਬਾਅਦ ਸਿੱਧੂ ਮੂਸਾ ਸਿੱਧੂ ਮੂਸੇ ਵਾਲੇ ਨੇ ਇੱਕ ਗੀਤ ਗਾਇਆ ਜਿਹਦੇ ਵਿੱਚ ਉਹ ਸ਼ਰਿਆਮ ਆਪਣੀ ਤੁਲਨਾ ਸੰਜੇ ਦੱਤ ਦੇ ਨਾਲ ਕਰ ਰਹੇ ਨੇ ਸੰਜੇ ਦਾ ਤੁਸੀਂ ਸਾਰੇ ਜਾਣਦੇ ਹੋ ਕਿ ਕੰਟਰੋਵਰਸ਼ੀਅਲ ਐਕਟਰ ਸੀ ਜਿਹਦੇ ਤੇ ਟਾਡਾ ਦਾ ਐਕਟ ਲਾਇਆ ਸੀਗਾ ਉਸ ਵਕਤ ਮਹਾਰਾਸ਼ਟra ਦੀ ਪੁਲਿਸ ਨੇ ਔਰ ਉਹ 5-7 ਸਾਲ ਜੇਲ੍ਹ ਵਿੱਚ ਵੀ ਰਿਹਾ ਕਿਉਂਕਿ ਉਹਦੇ ਕੋਲ ਹਥਿਆਰ ਬਰਾਮਦ ਹੋਏ ਸੀ ਬਕਾਇਦਾ AK-47 ਰਾਈਫਲਸ ਔਰ ਉਹਦਾ ਅੰਡਰਵਰਲਡ ਦੇ ਨਾਲ ਤੁਲਕਤ ਰੱਖਿਆ ਗਿਆ ਸੀ ਇਸ ਲਈ ਪੁਲਿਸ ਨੇ ਉਹਦੇ ਤੇ ਟਾਡਾ ਦਾ ਕੇਸ ਲਾਇਆ ਸੀ ਸੋ ਮੂਸੇਵਾਲਾ ਸਾਹਿਬ ਹੁਣ ਉਹਦੇ ਨਾਲ ਆਪਣਾ ਨਵੇਂ ਗੀਤ ਜਿਹੜਾ ਉਹਨਾਂ ਦਾ ਆਇਆ ਮੈਂ ਸੁਣ ਕੇ ਥੋੜਾ ਹੈਰਾਨ ਹੋ ਗਿਆ ਕਿ ਬੰਦੂਕਾਂ ਦੀਆਂ ਟਾਡਾ ਦੀਆਂ ਗੱਲਾਂ ਬੜੇ ਫਕਰ ਦੇ ਨਾਲ ਕਰਦੇ ਨੇ ਮੈਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਮੰਗਦਾ ਬਿਕੋਜ਼ ਆਫਟਰ ਆਲ ਹੀ ਇਜ਼ ਵਨ ਆਫ आवर ਯੂਥ ਔਰ ਉਹਨੇ ਨਾਮ ਬਣਾਇਆ ਆਪਣਾ ਸਾਰੀ ਦੁਨੀਆ ਚ ਭਾਵਾਂ ਕਿ ਉਹਨਾਂ ਦੀ ਗੀਤਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ ਨੇ ਮੈਂ ਨਹੀਂ ਕਹਿੰਦਾ ਕਿ ਉਹਦੇ ਤੇ ਯੁਆਪਾ ਲਾਈ ਜਾਵੇ ਪਰ ਜਿਹੜਾ ਆਦਮੀ ਇੰਨਾ ਬਲੀਟੈਂਟਲੀ ਫਲਾਂਟ ਕਰਦਾ ਗੋਲੀਆਂ ਵੀ ਚਲਾਉਂਦਾ ਬਾਅਦ ਚ ਪੁਲਿਸ ਹੁਣ ਕਹਿ ਰਹੀ ਪਤਾ ਲੱਗਿਆ ਕਿ ਟੌਏ ਗਨ ਸੀਗੀ ਦੇਖੋ ਕਿੱਥੇ ਤੱਕ ਜਾ ਰਹੀ ਉਹਨੂੰ ਬਚਾਉਣ ਵਾਸਤੇ ਜਿਨ੍ਹਾਂ ਨੂੰ ਫਸਾਉਣਾ ਸੁਖਚੈਨ ਸਿੰਘ ਦਲਿਤ ਜਿਹੜਾ ਸੇਹਰਾ ਪਿੰਡ ਦਾ ਉਹਨੂੰ ਘਰੋਂ ਚੱਕ ਕੇ ਲੈ ਕੇ ਜਾਂਦੀ ਆ ਤੇ ਉਹਦੀ ਅਰੈਸਟ ਜਿਹੜੀ ਆ ਉਹ ਇੱਕ ਪੁਲਿਸ ਨਾਕੇ ਦੇ ਉੱਤੇ ਫਰਜੀ ਦਿਖਾ ਕੇ ਉਹਦੇ ਤੇ ਪਿਸਤੌਲ ਤੇ ਕਾਰਤੂਸ ਪਾ ਦਿੰਦੀ ਆ ਜਿਹੜੇ ਚਲਾਉਂਦੇ ਨੇ ਗੋਲੀਆਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਖਾਸ ਤੇ ਜਿਹੜੇ ਕੱਖ ਵੀ ਨਹੀਂ ਕਰਦੇ ਸਿਰਫ ਆਪਣੀ ਖਾਣਾ ਪੂਰਤੀ ਕਰਨ ਵਾਸਤੇ ਆਪਣੇ ਆਪ ਨੂੰ ਬਹੁਤ ਬਹਾਦਰ ਪੁਲਿਸ ਵਾਲੇ ਦੱਸਣ ਵਾਸਤੇ ਕਿਉਂਕਿ ਪੁਲਿਸ ਦਾ ਨਾਰਮਲ ਗ੍ਰਾਫ ਪੰਜਾਬ ਪੁਲਿਸ ਦਾ ਬਹੁਤ ਪੁਰਾਅ ਕ੍ਰਾਈਮ ਬੇਤਾਹਾਸ਼ਾਵਾ ਬਲਾਤਕਾਰ ਚੋਰੀਆਂ ਡਾਕੇ ਝੂਠੇ ਪਰਚੇ ਕਰਪਸ਼ਨ ਇਹ ਸਾਰੀ ਗੱਲ ਪੁਲਿਸ ਜਿਹੜੀ ਆ ਪੰਜਾਬ ਦੀ ਫੇਲ ਆ ਕੈਪਟਨ ਅਭਿੰਦਰ ਸਿੰਘ ਜਦੋਂ ਆਪੋਜੀਸ਼ਨ ਵਿੱਚ ਸੀ ਉਹ ਆਪ ਇਸ ਨੂੰ ਬਿਲਕੁਲ ਇੱਕ ਬਹੁਤ ਮਾੜੀ ਫੋਰਸ ਕਰਾਰ ਦਿੰਦੇ ਸੀ ਕਿ ਸਾਡੇ ਕਾਂਗਰਸ ਦੇ ਵਰਕਰਾਂ ਤੇ 20000 ਝੂਠਾ ਮੁਕਦਮਾ ਦਰਜ ਕਰਤਾ ਪੁਲਿਸ ਦੀ ਕ੍ਰੈਡੀਬਿਲਟੀ ਇਨੀ ਲੋ ਆ ਪਰ ਆਪਣੀ ਕ੍ਰੈਡੀਬਿਲਟੀ ਨੂੰ ਬਚਾਉਣ ਵਾਸਤੇ ਲੋਕਾਂ ਦਾ ਧਿਆਨ ਦੂਜੇ ਪਾਸੇ ਲਾਉਣ ਵਾਸਤੇ ਉਹ ਕਹਿੰਦੇ ਅਸੀਂ ਤਾਂ ਦੇਸ਼ ਦੀ ਲੜਾਈ ਲੜ ਰਹੇ ਹਾਂ ਭਾਰਤ ਦੀ ਏਕਤਾ ਤੇ ਅਖੰਡਤਾ ਨੂੰ ਖਾਲਿਸਤਾਨ ਦੇ ਮੋਡਿਊਲਸ ਬਸਟ ਕਰਦੇ ਨੇ ਹਰ ਪੰਜਵੇਂ ਸੱਤਵੇਂ ਅੱਠਵੇਂ ਦਸਵੇਂ ਦਿਨ ਤੇ ਆਪਣਾ ਇੱਕ ਆਪਣੇ ਮੋਢਿਆਂ ਤੇ ਫਿੱਤੀਆਂ ਲਵਾਉਂਦੇ ਨੇ ਤੇ ਕੇਂਦਰ ਨੂੰ ਵੀ ਖੁਸ਼ ਕਰਦੇ ਨੇ ਤੇ ਪੰਜਾਬ ਸਰਕਾਰ ਨੂੰ ਵੀ ਖੁਸ਼ ਕਰਦੇ ਨੇ ਕਿ ਦੇਖੋ ਕਿੰਨੀ ਵੱਡੀ ਨੇਸ਼ਨ ਦੀ ਲੜਾਈ ਲੜੀ ਜਾ ਰਹੀ ਹੈ ਇਸ ਮੌਕੇ ਖੈਰਾ ਨੇ ਸਿੱਧੂ ਮੂਸੇਵਾਲੇ ਦਾ ਗੀਤ ਸੰਜੂ ਵੀ ਸੁਣਾਇਆ ਉਹਨਾਂ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਦਾਦੇ ਅਦੀਨ ਦਰਜ ਹੋਏ ਕੇਸ ਦੇ ਫਕਰ ਮਹਿਸੂਸ ਕਰ ਰਿਹਾ ਤੁਸੀਂ ਸੁਣ ਲਿਆ ਸਾਰਿਆਂ ਨੇ ਕਿ ਗੱਭਰੂ ਤੇ ਕੇਸ ਜਿਹੜਾ ਸੰਜੇ ਦੱਤ ਤੇ ਜੱਟ ਉਤੇ ਕੇਸ ਜਿਹੜਾ ਸੰਜੇ ਦੱਤ ਤੇ ਮਤਲਬ ਬੇਸਿਕਲੀ ਕਿ ਬੜਾ ਫਕਰਜਾ ਮਹਿਸੂਸ ਕਰ ਰਹੇ ਨੇ ਕਿ ਟਾਡਾ ਦਾ ਕੇਸ ਜਿਹੜਾ ਸੰਜੇ ਦਾਤੇ ਪਿਆ ਸੀ ਜਿੱਦੇ ਤੋਂ ਹਥਿਆਰ ਬਰਾਂਦ ਹੋਏ ਸੀਗੇ ਉਹ ਮੇਰੇ ਤੇ ਚਲਦਾ ਇਸੇ ਵੀ ਮੈਨੂੰ ਕੋਈ ਇਤਰਾਜ਼ ਨਹੀਂਗਾ ਹਾਲਾਂਕਿ ਕੁਝ ਲੋਕ ਕਹਿੰਦੇ ਨੇ ਔਰ ਮੇਰੇ ਖਿਆਲ ਜੈਜ਼ ਕਹਿੰਦੇ ਨੇ ਕਿ ਜਿਹੜੇ ਪੰਜਾਬ ਦੇ ਗਾਇਕ ਨੇ ਉਹ ਬਹੁਤ ਜ਼ਿਆਦਾ ਬੰਦੂਕਾਂ ਦੀਆਂ ਗੋਲੀਆਂ ਦੀਆਂ ਤੇ ਕੁਝ ਹੱਦ ਤੱਕ ਜੱਟਵਾਦ ਦੀ ਵੀ ਗੱਲ ਹਮੇਸ਼ਾ ਕਰਦੇ ਨੇ ਤਾਂ ਇਹ ਤੋਂ ਥੋੜਾ ਗੁਰੇਜ਼ ਕਰਨਾ ਚਾਹੀਦਾ ਪਰ ਜਿਹੜਿਆ ਆ ਗੀਤ ਗਾਇਆ ਤੇ ਜੋ ਟਵਿੱਟਰ ਤੇ ਅ ਡੀਜੀਪੀ ਪੰਜਾਬ ਦਿਨਕਰ ਗੁਪਤਾ ਨੇ ਉਹਦੇ ਗੀਤ ਨੂੰ ਜਿਹੜਾ ਕਰੋਨਾ ਵਾਲਾ ਗਾਇਆ ਸੀ ਉਸ ਨੂੰ ਪਹਿਲਾਂ ਸ਼ੇਅਰ ਕੀਤਾ ਤੇ ਫਿਰ ਟਵੀਟ ਕੀਤਾ ਤੇ ਫਿਰ ਉਸ ਨੂੰ ਡਿਲੀਟ ਕੀਤਾ ਤੇ ਕਿਸ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਆਰਮਜ਼ ਐਕਟ ਦੇ ਕੇਸ ਨੂੰ ਹੁਣ ਬਦਲ ਕੇ ਇੱਕ ਟੌਏ ਗਨ ਦੇ ਕੇਸ ਵਿੱਚ ਕਿਉਂਕਿ ਉਸ ਨੂੰ ਰਾਹਤ ਦੇਣੀ ਆ ਦੇ ਵੀ ਦੇਣੀ ਚਾਹੀਦੀ ਕੋਈ ਹਰਜ ਨਹੀਂਗਾ ਮੈਂ ਤਾਂ ਕਹਿਣਾ ਕਿ ਪੁਲਿਸ ਇਦਾਂ ਕਿਸੇ ਨੂੰ ਇੰਪਲੀਕੇਟ ਹੀ ਨਾ ਗਲਤ ਕਰੇ ਔਰ ਕਿਉਂਕਿ ਕਾਂਗਰਸ ਨੂੰ ਹੁਣ ਉਹਨਾਂ ਦੇ ਹੋ ਸਕਦਾ ਕਿ ਆਗਾਮੀ ਇਲੈਕਸ਼ਨ ਵਿੱਚ ਉਹਨਾਂ ਤੋਂ ਗੀਤ ਗਵਾਉਣੇ ਹੋਣ ਸਟੇਜਾਂ ਦੇ ਉੱਤੇ ਕਾਂਗਰਸ ਦੇ ਪ੍ਰਚਾਰ ਵਾਸਤੇ ਉਹਨਾਂ ਨੂੰ ਵਰਤਨਾ ਹੋਵੇ ਤਾਂ ਕਿਤੇ ਨਾ ਕਿਤੇ ਉਹਨਾਂ ਨੂੰ ਡਿਫੈਂਡ ਕੀਤਾ ਜਾ ਰਿਹਾ ਜਿਹੜੀ ਗੱਲ ਤੁਹਾਡੇ ਧਿਆਨ 'ਚ ਮੈਂ ਲਿਆਉਣੀ ਸੀ ਉਹ ਅੱਜ ਦੀ ਇਹ ਸੀਗੀ ਤੇ ਨਾਲ ਹੀ ਮੈਂ ਥੋੜਾ ਜਿਹਾ ਆਮ ਆਦਮੀ ਪਾਰਟੀ ਨੂੰ ਵੀ ਕਹਿਣਾ ਚਾਹਣਾ ਕਿ ਤੁਸੀਂ ਤਾਂ ਯੋਵਾਪਾ ਤੇ ਬੋਲੋ ਤੁਹਾਨੂੰ ਤਾਂ ਲੀਡਰ ਆਫ ਆਪੋਜੀਸ਼ਨ ਹੀ ਇਸ ਲਈ ਬਣਾਇਆ ਗਿਆ ਸੀ ਕੇਜਰੀਵਾਲ ਸਾਹਿਬ ਵੱਲੋਂ ਕਿ ਤੁਸੀਂ ਦਲਤਾਂ ਦੀ ਹਿਫਾਜ਼ਤ ਕਰੋਗੇ ਤੇ ਅਚਾਨਕ ਪਿੰਡ ਵਾਲਾ ਮੁੰਡਾ ਅਮਰਿਤਪਾਲ ਵੀ ਦਲਤ ਹੈ ਗਰੀਬ ਡੇਲੀ ਵੇਜਰ ਸੁਖਚੈਨ ਸਿੰਘ ਪਿੰਡ ਸੇਰਾ ਦਾ ਵੀ ਜਿਹੜਾ ਨੌਜਵਾਨ ਉਹ ਦਲਿਤ ਆ ਗੁਰਤੇਜ ਸਿੰਘ ਜਿਹੜਾ ਯੁਵਾਪਾ ਦਿੱਲੀ ਦੇ ਕੇਸ ਵਿੱਚ ਫਸਾਇਆ ਗਿਆ ਮਾਂਸਾ ਸ਼ਹਿਰ ਦਾ ਪਲੰਬਰ ਉਹ ਵੀ ਦਲਿਤ ਆ ਔਰ ਜਿਹੜਾ ਲਵ ਲਵਪ੍ਰੀਤ ਏਲੀਅਸ ਰਾਜਕੁਮਾਰ ਚਾਇਓ ਹੋਸ ਸ਼ਾਦੀਪੁਰ ਪਿੰਡ ਕੈਥਲ ਦਾ ਰਹਿਣ ਵਾਲਾ ਲੇਕਿਨ ਉਹਨੂੰ ਪਟਿਆਲਾ ਪੁਲਿਸ ਨੇ ਇੱਕ ਸਿੱਖ ਨੌਜਵਾਨ ਨੂੰ ਦਲਿਤ ਨੂੰ ਉਹਦੇ ਚ ਇੰਪਲੀਕੇਟ ਕੀਤਾ ਉਹ ਵੀ ਬੇਗੁਨਾਮ ਆ ਤੇ ਆਪਾਂ ਭੁੱਲਣਾ ਨਹੀਂਗਾ ਇਸ ਗੱਲ ਦੇ ਉੱਤੇ ਕਿ ਆਮ ਆਦਮੀ ਪਾਰਟੀ ਡਰਦੀ ਆ ਕਿ ਸਾਨੂੰ ਕੋਈ ਉਹਨਾਂ ਦੀ ਵੋਟ ਬੈਂਕ ਖਰਾਬ ਹੋ ਜੇਗੀ ਕਿ ਸ਼ਰਜ਼ ਹਨ ਹਿੰਦੂ ਵੋਟ ਨਹੀਂ ਪਾਉਣਗੇ ਆਪਾਂ ਹਿੰਦੂਆਂ ਦੇ ਖਿਲਾਫ ਤਾਂ ਕੁਝ ਕਹਿ ਹੀ ਨਹੀਂ ਰਹੇ ਆਪਾਂ ਤਾਂ ਕਹਿੰਨੇ ਕਿ ਸਾਡੇ ਜਿਹੜੇ ਨੌਜਵਾਨ ਨੇ ਇਹਨਾਂ ਨੂੰ ਬੇਗੁਨਾਹ ਔਰ ਗਲਤ ਇਹਨਾਂ ਨੂੰ ਫਸਾਇਆ ਜਾ ਰਿਹਾ ਸੀ ਤਾਂ ਉਹਨਾਂ ਦੇ ਖਿਲਾਫ ਸਾਡੀ ਲੜਾਈ ਆ ਸਾਡੀ ਕਿਸੇ ਇੰਡੀਵਿਜੂਅਲ ਦੇ ਖਿਲਾਫ ਕਿਸੇ ਗਾਇਕ ਦੇ ਖਿਲਾਫ ਕਿਸੇ ਕੌਮ ਦੇ ਖਿਲਾਫ ਤਾਂ ਕੋਈ ਲੜਾਈ ਹੈ ਹੀ ਨਹੀਂਗੀ ਔਰ ਅਕਾਲੀ ਦਲ ਨੂੰ ਵੀ ਮੈਂ ਸਮਝਦਾ ਕਿ ਬਹੁਤ ਸ਼ਰਮ ਨਾਲ ਆਪਣਾ ਨੱਕ ਡੋਬੋਣਾ ਚਾਹੀਦਾ ਹੈ ਕਿਉਂਕਿ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਇੱਕ ਪਰੋਕਾਰ ਪਾਰਟੀ ਕਹਿੰਦੀ ਹੈ ਔਰ ਹਰਸਿਮਰਤ ਕੋਰ ਮੋਦੀ ਸਾਹਿਬ ਦੀ ਸਰਕਾਰ ਕੈਬਨਟs ਬੈਠੀ ਹੈ ਜਿੰਨੇ ਮੁਕਦਮੇ ਯੂਆਪਾ ਦੇ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤੇ ਨੇ ਜੇ ਸੁਖਬੀਰ ਸਿੰਘ ਬਾਦਲ ਇੱਕ ਡਿਪੂਟੇਸ਼ਨ ਲੈ ਕੇ ਅਮਿਤ ਸ਼ਾਹ ਨੂੰ ਮਿਲ ਕੇ ਕਹਿਣ ਕਿ ਸਾਰਿਆਂ ਦੀ ਇਨਕੁਆਇਰੀ ਹੋਣੀ ਚਾਹੀਦੀ ਤੇ ਅਕਾਲੀ ਦਲ ਦਾ ਜਿਹੜਾ ਪੱਖ ਆ ਉਹ ਸਿੱਖਾ ਪ੍ਰਤੀ ਸਮਝਾ ਜਾਊਗਾ ਕਿ ਚੰਗਾ ਵਾ ਪਰ ਜਦੋਂ ਆਪਾਂ ਚੁੱਪ ਰਹਿੰਦੇ ਆ ਇਹਦਾ ਮਤਲਬ ਕਿ ਅਸੀਂ ਤੁਹਾਡੇ ਸਪੋਰਟ ਕਰਦੇ ਹਾਂ ਜ਼ੁਲਮ ਜਿਹੜਾ ਨਾ ਉਹ ਕਰਨ ਵਾਲਾ ਵੀ ਉੱਡਾ ਹੀ ਗੁਨਾਹਗਾਰ ਹੈ ਤੇ ਜਿਹੜਾ ਜਿਹੜਾ ਸਿਰਫ ਉਹਦਾ ਉਹਨੂੰ ਦੇਖਦਾ ਵਾ ਤੇ ਚੁੱਪ ਰਹਿੰਦਾ ਵਾ ਔਰ ਉਹਦੇ ਖਿਲਾਫ ਬੋਲਦਾ ਨਹੀਂਗਾ ਉਹ ਜਿਹੜਾ ਵਿਅਕਤੀ ਆ ਉਹ ਵੀ ਬਰਾਬਰ ਦਾ ਜ਼ੁਲਮ ਦਾ ਗੁਨਾਹਗਰ ਮੰਨਿਆ ਜਾਂਦਾ ਹਾਲਾਂਕਿ ਸਿੱਧੂ ਮੂਸੇਵਾਲਾ ਵੱਲੋਂ ਵਰਤੀ ਗਈ ਬੰਦੂਕ ਨੂੰ ਖਿਡੋਣਾ ਦੱਸਦਿਆਂ ਉਸ ਨੂੰ ਜ਼ਮਾਨਤਾਂ ਮਿਲ ਗਈ ਹੈ ਤੇ ਉੱਥੇ ਹੀ ਇਸ ਨੂੰ ਲੈ ਕੇ ਖੈਰਾ ਵੱਲੋਂ ਪੰਜਾਬ ਪੁਲਿਸ ਨੂੰ ਖਰੀਆਂ-ਖਰੀਆਂ ਵੀ ਸੁਣਾਈਆਂ ਗਈਆਂ ਨੇ న్యూਸ 10 ਤੋਂ ਰਜਨਦਰ ਸਿੰਘ ਦੀ ਖਾਸ ਰਿਪੋਰਟ